ਨਗਰ ਨਿਗਮ ਦਾ ਸ਼ਹਿਰ ਦਾ ਸੰਪੂਰਨ ਵਿਕਾਸ ਪਹਿਲੀ ਪ੍ਰਾਥਮਿਕਤਾ ਹੈ। ਇਹ ਵਿਚਾਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉੱਤਰੀ ਦੇ ਵਾਰਡ ਨੰਬਰ 15 ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਂਝੇ ਕੀਤੇ। ਇਸ ਮੌਕੇ ਤੇ ਜਨਤਾ ਦਰਬਾਰ ਦੌਰਾਨ ਮੇਅਰ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਇਹਨਾਂ ਦੇ ਹੱਲ ਦਾ ਭਰੋਸਾ ਦਿੱਤਾ। ਵਾਰਡ ਨੰਬਰ 15 ਵਿਖੇ ਹੋਏ ਵਿਕਾਸ ਕਾਰਜਾਂ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਦਾ ਧੰਨਵਾਦ ਕੀਤਾ ਗਿਆ। ਮੇਅਰ ਨੇ ਆਖਿਆ ਕਿ ਵਾਰਡ ਦੇ ਬਾਕੀ ਰਹਿੰਦੇ ਵਿਕਾਸ ਕਾਰਜ ਛੇਤੀ ਪੂਰੇ ਕਰਾ ਦਿੱਤੇ ਜਾਣਗੇ। ਕੌਂਸਲਰ ਪਿੰਕੀ ਦੇਵੀ, ਕੌਂਸਲਰ ਸੰਦੀਪ ਰਿੰਕਾ, ਰਾਮਬਲੀ, ਅਨੇਕ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਜਿੰਨਾ ਵੀ ਕੋਈ ਕੰਮ ਕੋਈ ਰਹਿ ਗਿਆ ਵਾਰਡ ਦਾ, ਕੰਮ ਕਾਫੀ ਮਨਜ਼ੂਰ ਕੀਤੇ ਨੇ ਮੇਅਰ ਸਾਹਿਬ, ਜੇ ਉਹਦੀ ਘੋੜੀ ਨਾਲ ਲਵਾ ਦੇਵਾਂਗੇ ਸਾਡਾ ਨਾਮ ਬਦਲ ਦੇਣਾ। ਸਭ ਦਾ ਮਾਨ ਵਧਾ ਰਹੇ ਨੇ ਪਰਨੇ ਪਾਪਾ ਦੇ ਨਾ ਮੇਅਰ ਸਾਹਿਬ ਦਾ ਪਹੁੰਚ ਲੈ। ਅੱਜ ਵਾਰਡ ਨੰਬਰ 15 ਦੇ ਵਿੱਚ ਕੁਝ ਮੁਸ਼ਕਲਾਂ ਆ ਰਹੀਆਂ ਸੀ, ਬਹੁਤ ਸਾਰੀਆਂ ਮੁਸ਼ਕਲਾਂ ਹੱਲ ਕੀਤੀਆਂ। ਇੱਥੇ 2 ਟਿਊਬਵੈੱਲ ਲਾਏ, ਬਹੁਤ ਸਾਰੀਆਂ ਸੜਕਾਂ ਗਲੀਆਂ ਬਣਵਾਈਆਂ ਨੇ, ਸਾਰੀ ਸਟਰੀਟ ਲਾਈਟ ਬਦਲਤੀ, ਸਫਾਈ ਦੀ ਵਿਵਸਥਾ ਠੀਕ ਹੋ ਗਈ ਆ, ਘਰੋਂ ਘਰੋਂ ਕੂੜਾ ਚੁੱਕਿਆ ਜਾ ਰਿਹਾ, ਪਰ ਕੁਝ ਗਲੀਆਂ ਦੇ ਵਿੱਚ ਪੀਣ ਵਾਲੇ ਗੰਦੇ ਪਾਣੀ ਦੀ ਪ੍ਰੋਬਲਮ ਸੀਗੀ। ਇੱਕ ਡੇਅਰੀ ਦੀ ਵਜ੍ਹਾ ਨਾਲ ਕਿਤੇ ਸੀਵਰੇਜ ਰੁਕਦਾ ਸੀਗੀਆਂ, ਛੋਟੀਆਂ ਮੋਟਕੋ ਤੇ ਕੋਈ ਜਿਹੜੀਆਂ ਚੈਂਬਰ ਬਣਨ ਵਾਲੇ ਨੇ, ਕੋਈ ਹੌਦੀਆਂ 2-4 ਬਣਨ ਵਾਲੀਆਂ ਸੀ, ਔਰ ਇਹ ਬਹੁਤ ਇਸ ਚੀਜ਼ ਦੀ ਮੈਨੂੰ ਸ਼ਿਕਾਇਤ ਆ ਰਹੀ ਸੀ। ਸੋ ਅੱਜ ਮੈਂ ਆਪਣੇ ਸਾਰੇ ਭੈਣ ਭਰਾਵਾਂ ਨੂੰ ਇੱਥੇ ਟਾਈਮ ਦਿੱਤਾ ਸੀਗਾ ਕਿ ਮੈਂ ਆਊਂਗਾ ਮੌਕੇ 'ਤੇ, ਮੈਨੂੰ ਸਾਰੀਆਂ ਚੀਜ਼ਾਂ ਦਿਖਾ ਦਿਓ। ਅੱਜ ਮੈਂ ਇੱਥੇ ਇਹਨਾਂ ਦੀਆਂ ਮੁਸ਼ਕਲਾਂ ਸੁਣ ਕੇ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਹ ਸਾਰੀਆਂ 100% ਹੱਲ ਕਰਕੇ ਦੇਵਾਂਗੇ। ਇਹ ਸਾਡੇ ਸਾਰੇ ਪ੍ਰਵਾਸੀ ਪਰਿਵਾਰ, ਸਾਡੇ ਆਪਣੇ ਪਰਿਵਾਰ ਆ। ਅੱਜ ਅੰਮ੍ਰਿਤਸਰ ਪੰਜਾਬ ਦੀ ਖੁਸ਼ਹਾਲੀ ਦੇ ਵਿੱਚ ਸਾਡੇ ਪ੍ਰਵਾਸੀ ਭੈਣ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਆ, ਔਰ ਇਹਨਾਂ ਨੂੰ ਸੈਕਿੰਡ ਸਿਟੀਜ਼ਨ ਦੇ ਨਜ਼ਰ ਦੇ ਨਾਲ ਬਹੁਤੀਆਂ ਜਗ੍ਹਾ 'ਤੇ ਵੇਖਿਆ ਜਾਂਦਾ ਸੀ, ਔਰ ਮੈਂ ਇਹਨਾਂ ਨੂੰ ਇਹ ਵਾਅਦਾ ਕੀਤਾ ਸੀਗਾ ਕਿ ਤੁਹਾਨੂੰ ਜਿੰਨੀਆਂ ਵੀ ਇੱਕ ਹਿੰਦੁਸਤਾਨ ਦੇ ਨਾਗਰਿਕ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ, ਉਹ ਮੇਰਾ ਫਰਜ਼ ਹੈ ਦਿਵਾਉਣਾ। ਅੱਜ ਇਹਨਾਂ ਦੀ ਸ਼ਕਤੀ ਦੇ ਨਾਲ ਅੱਜ ਇਸ ਸ਼ਹਿਰ ਦਾ ਮੈਂ ਪ੍ਰਥਮ ਨਾਗਰਿਕ ਮੇਅਰ ਬਣਿਆ। ਅੱਜ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਦੇ ਵਿੱਚ, ਉਹਨਾਂ ਦੇ ਦੁੱਖ 'ਚ, ਸੁੱਖ ਦੁੱਖ ਦੇ ਵਿੱਚ ਸ਼ਰੀਕ ਹੋ ਕੇ ਉਹਨੂੰ ਜਾਣ ਕੇ ਜਿਹੜੀਆਂ ਮੁਸ਼ਕਲਾਂ ਹੁੰਦੀਆਂ ਉਹ ਦੂਰ ਕਰਾਂ। ਸੋ ਅੱਜ ਇੱਥੇ ਮੈਂ ਆਣ ਕੇ ਇਹਨਾਂ ਦੀਆਂ ਮੁਸ਼ਕਲਾਂ ਜਾਣੀ ਹਾਂ, ਔਰ ਇਹਨਾਂ ਨੂੰ 1 ਮਹੀਨੇ ਦੇ ਵਿੱਚ ਅਸੀਂ ਸਾਰੀਆਂ ਮੁਸ਼ਕਲਾਂ ਹੱਲ ਕਰਕੇ ਦੇਵਾਂਗੇ। ਇੱਥੇ ਸਾਨੂੰ ਜਿਹੜੇ ਕੈਂਪ ਲਾਉਣੇ ਪੈਣਗੇ, ਅਸੀਂ ਕੈਂਪ ਵੀ ਲਗਾਉਂਦੇ ਹਾਂ। ਵਾਰਡ ਨੰਬਰ 15 ਦੇ ਵਿੱਚ ਸਾਡੇ ਅੰਮ੍ਰਿਤਸਰ ਸ਼ਹਿਰ ਦੇ ਮੇਅਰ ਸਰਦਾਰ ਕਰਮਜੀਤ ਸਿੰਘ ਰਿੰਟੂ ਜੀ ਨੇ ਦੌਰਾ ਕੀਤਾ, ਔਰ ਲੋਕਾਂ ਦੀਆਂ ਜੋ ਉੱਥੇ ਮੁਸ਼ਕਲਾਂ ਸੀ ਉਹਨਾਂ ਨੂੰ ਜਲਦੀ ਹੱਲ ਕਰਾਉਣ ਦਾ ਵਾਅਦਾ ਕੀਤਾ, ਔਰ ਰਾਮਬਲੀ ਦੀ ਵਾਰਡ ਦੇ ਵਿੱਚ ਜੋ ਵੀ ਕੰਮ ਰਹਿ ਗਏ ਉਹਨਾਂ ਨੂੰ ਪਹਿਲ ਦੇ ਆਧਾਰ 'ਤੇ ਕਰਨ ਦੇ ਅੱਜ ਉਹ ਕਹਿ ਕੇ ਅਤੇ ਲੋਕਾਂ ਨੂੰ ਵਿਸ਼ਵਾਸ ਦਵਾ ਕੇ ਗਏ ਨੇ, ਔਰ ਬਹੁਤ ਹੀ ਜਲਦ ਇੱਥੇ 2 ਟਿਊਬਵੈੱਲ ਚਾਲੂ ਕਰ ਦਿੱਤੇ ਜਾਣਗੇ, ਔਰ ਗੰਦੇ ਪਾਣੀ ਦੀਆਂ ਨਵੀਆਂ ਪੈਪਾਂ ਬਹੁਤ ਹੀ ਜਲਦ ਉੱਪਰ ਜਿਸ ਤਰ੍ਹਾਂ 19 ਨੰਬਰ ਵਾਰਡ ਦੇ ਵਿੱਚ ਪਾਈਆਂ ਨੇ ਦੁਬਾਰਾ ਪਾਈਆਂ ਜਾਣਗੀਆਂ।